ਦੇਖਣ ਵਿੱਚ ਬੇਹੱਦ ਖਤਰਨਾਕ ਦਿਖਣ ਵਾਲਾ ਗ੍ਰੀਨ ਇਕਵਾਣਾ ਨਾਂ ਦਾ ਇਹ ਵਿਦੇਸ਼ੀ ਜੰਗਲੀ ਜਾਨਵਰ ਪਾਲਤੂ ਬਣਾ ਕੇ ਰੱਖਿਆ ਇਸ ਨੌਜਵਾਨ ਨੇ ਆਪਣੇ ਘਰ। ਅਕਸਰ ਆਖਦੇ ਨੇ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ਤੇ ਕੁਝ ਐਸਾ ਹੀ ਵੱਖਰਾ ਸ਼ੌਂਕ ਪਾਲੀ ਬੈਠਾ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਨੌਜਵਾਨ ਸਨੀ, ਜਿਸਨੇ ਵਿਦੇਸ਼ ਤੋਂ ਇੱਕ ਜੰਗਲੀ ਜਾਨਵਰ ਗ੍ਰੀਨ ਇਗਵਾਣਾ ਇੰਪੋਰਟ ਕਰਾ ਕੇ ਉਸਨੂੰ ਘਰ 'ਚ ਪਾਲਤੂ ਜਾਨਵਰ ਦੇ ਤੌਰ ਤੇ ਪਾਲਿਆ। ਉੱਥੇ ਹੀ ਨੌਜਵਾਨ ਦਾ ਕਹਿਣਾ ਹੈ ਕਿ ਇਸ ਜਾਨਵਰ ਦੇ ਚਲਦੇ ਉਸਦੀ ਇੱਕ ਵੱਖ ਪਹਿਚਾਣ ਬਣੀ ਹੈ ਅਤੇ ਜਦ ਵੀ ਕਿਸੇ ਪਾਲਤੂ ਜਾਨਵਰਾਂ ਦੇ ਸ਼ੋਅ 'ਚ ਉਹ ਆਪਣੇ ਗ੍ਰੀਨ ਇਗਵਾਣਾ ਨੂੰ ਲੈ ਕੇ ਜਾਂਦਾ ਹੈ ਤਾਂ ਉਹ ਉੱਥੇ ਆਕਰਸ਼ਣ ਦਾ ਕੇਂਦਰ ਹੁੰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸਨੀ ਸਬਰਵਾਲ, ਜੋ ਕਿ ਇੱਕ ਪਾਲਤੂ ਜਾਨਵਰਾਂ ਦਾ ਕੰਮ ਕਰਦਾ ਹੈ, ਉਸਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸਨੇ ਯੂਟਿਊਬ ਤੇ ਦੇਖਿਆ ਸੀ ਕਿ ਵਿਦੇਸ਼ 'ਚ ਲੋਕ ਆਪਣੇ ਘਰਾਂ 'ਚ ਪਾਲਤੂ ਤੌਰ ਤੇ ਰੱਖ ਰਹੇ ਨੇ। ਉਸਦੇ ਮਨ 'ਚ ਇੱਛਾ ਆਈ ਕਿ ਕਿਉਂ ਨਾ ਉਹ ਵੀ ਇਸਨੂੰ ਆਪਣੇ ਘਰ 'ਚ ਪਾਲਤੂ ਤੌਰ ਤੇ ਰੱਖਣ ਤੇ ਇਸਦੇ ਚਲਦਿਆਂ ਹੀ ਪਰਿਵਾਰ ਦੀ ਸਹਿਮਤੀ ਨਾਲ ਵਿਦੇਸ਼ ਤੋਂ ਇਸ ਜਾਨਵਰ ਨੂੰ ਇੰਪੋਰਟ ਕਰਵਾ ਭਾਰਤ ਮੰਗਵਾਇਆ ਅਤੇ ਉਸਦੇ ਨਾਲ ਹੀ ਇਸ ਜਾਨਵਰ ਦੀ ਡਾਇਟ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ। ਸਬਰਵਾਲ ਪੈਟ ਕੰਪਨੀ ਤੋਂ ਮੇਰਾ ਫਾਰਮ ਹੈ, ਪੈਟ ਫਾਰਮ ਹੈ, ਐਗਜ਼ੋਟਿਕ ਫਾਰਮ ਹੈ ਮੇਰਾ। ਸਰ ਮੈਂ ਨਾ ਇੱਕ ਦਿਨ ਯੂਟਿਊਬ 'ਤੇ ਵੀਡੀਓ ਦੇਖੀ ਸੀ ਜਿੱਥੇ ਇੱਕ ਫੋਰਨਰ ਆਪਣੇ ਬਾਂਹ ਦੇ ਉੱਤੇ ਰੱਖ ਕੇ ਅਤੇ ਇਹਦੀ ਇੱਕ ਵੀਡੀਓ ਸ਼ੂਟ ਕਰ ਰਿਹਾ ਸੀ, ਜਿੱਥੋਂ ਮੈਨੂੰ ਬੜਾ ਅੱਛਾ ਲੱਗਾ। ਮੇਰਾ ਦਿਲ ਕੀਤਾ ਕਿ ਲੋਕਾਂ ਨੇ ਤਾਂ ਸਿਰਫ ਛੋਟੀਆਂ ਕੋਟਕਿੱਲੀਆਂ ਜਾਂ ਵਾਈਲਡਲਾਈਫ ਕੋਟਕਿੱਲੇ ਵੇਖੇ ਆ। ਮੇਰਾ ਦਿਲ ਕੀਤਾ ਕਿ ਮੈਂ ਜਾਨਵਰ ਇੰਡੀਆ ਦੇ ਵਿੱਚ ਲਿਆਵਾਂ। ਫਿਰ ਇਹ ਫਲੋਰੀਡਾ ਤੋਂ ਇੰਪੋਰਟ ਹੈ, ਮੇਰੇ ਕਿਸੇ ਫਰੈਂਡ ਨਾਲ ਫਿਰ ਮੈਂ ਗੱਲ ਕੀਤੀ ਅਤੇ ਮੈਨੂੰ ਉੱਥੋਂ ਪ੍ਰੋਵਾਈਡ ਹੋ ਗਿਆ ਸੀ, ਨੋਰਮਲ ਮਿਲ ਗਿਆ ਸੀ, ਵਿਦ ਪੇਪਰ ਸਾਰਾ ਆਇਆ ਸੀ। ਇਹ ਸਿਰਫ ਇਹਦਾ ਹਰੀਆਂ ਸਬਜ਼ੀਆਂ ਫਲ ਫਰੂਟ ਸਪਲੀਮੈਂਟ ਸਾਰੇ ਨਾਲ ਆਏ ਸੀ। ਹਰੀਆਂ ਸਬਜ਼ੀਆਂ ਫਲ ਫਰੂਟ ਇਹਦੀ ਡਾਇਟ ਆ, ਪਸੰਦੀਦਾ ਡਾਇਟ ਇਹਦੀ, ਜੋ ਪੱਤਾ ਗੋਭੀ ਹੈ, ਪਾਲਕ ਹੈ, ਧਨੀਆ ਆ, ਫੈਮਲੀ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਰਹਿ ਰਿਹਾ ਵਾ, ਕੋਈ ਪ੍ਰੋਬਲਮ ਨਹੀਂ ਅੱਜ ਤੱਕ ਕੀਤੀ, ਨਾ ਤਾਂ ਇਹਨੂੰ ਹੀ ਅਸੀਂ ਕੋਈ ਪ੍ਰੋਬਲਮ ਆਣ ਦਿੱਤੀ। ਅਸੀਂ ਇਹਦਾ ਬਿਲਕੁਲ ਨੋਰਮਲੀ ਜਿਹੜਾ ਇਨਵਾਇਰਮੈਂਟ ਇਹਨੂੰ ਚਾਹੀਦਾ ਆ ਉਹਦੇ ਅਕੋਰਡਿੰਗਲੀ ਇਹਨੂੰ ਇਨਵਾਇਰਮੈਂਟ ਸਾਰੇ ਬਣਾ ਕੇ ਦਿੱਤਾ ਦਾ ਆ ਅਤੇ ਬਹੁਤ ਵਧੀਆ ਤਰੀਕੇ ਨਾਲ ਫੈਮਲੀ 'ਚ ਰਹਿ ਲਿਆ। ਮੇਰਾ 6-7 ਸਾਲ ਦਾ ਬੇਟਾ ਆ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਇਹਦੇ ਨਾਲ ਰਹਿੰਦਾ ਆ, ਇਹਨੂੰ ਆਪਣੇ ਹੱਥਾਂ ਨਾਲ ਖਵਾਉਂਦਾ ਆ, ਜ਼ਿਆਦਾਤਰ ਇਹਨੂੰ ਹੱਥਾਂ ਨਾਲ ਹੀ ਖਵਾਈਦਾ ਆ। ਹਾਂਜੀ, ਵੈਕਸੀਨੇਸ਼ਨ ਇਹਦੀ ਹੋਈ ਆ, ਠੀਕ ਹੈ ਜੀ। ਹਰ 2 ਮਹੀਨੇ ਬਾਅਦ ਇਹਦਾ ਬਲੱਡ ਸੈਂਪਲ ਇੱਕ ਜਾਂਦਾ ਆ, ਉਹਨੂੰ ਟੈਸਟ ਕਰਵਾਈਦਾ ਆ, ਇਹਦੇ ਐਕਸਰੇ ਕਰਵਾਈਦੇ ਆ ਤਾਂ ਕਿ ਇੱਧਰ ਦੀ ਆਬੋ ਹਵਾ ਜਿਹੜੀ ਇਹਨੂੰ ਰਾਸ ਆ ਗਈ ਹੈ ਅਤੇ ਉਹਦੇ ਅਕੋਰਡਿੰਗਲੀ ਸਾਰੀਆਂ ਨੋਰਮਲ ਰਿਪੋਰਟਾਂ ਆ ਰਹੀਆਂ ਵਾ, ਕਦੀ ਕੋਈ ਪ੍ਰੋਬਲਮ ਨਹੀਂ ਆਈ, ਕਿਸੇ ਡਾਕਟਰ ਨੂੰ ਪੁੱਛਣ ਦੀ ਕਦੀ ਲੋੜ ਨਹੀਂ ਪਈ। ਨਹੀਂ, ਮੈਨੂੰ ਸ਼ੌਂਕ ਸੀ, ਅੱਗੋਂ ਮੇਰੇ ਬੇਟੇ ਨੂੰ ਵੀ ਸ਼ੌਂਕ ਸੀ, ਮੈਂ ਫੈਮਲੀ ਦੇ ਨਾਲ ਸਲਾਹ ਕਰਕੇ ਫਿਰ ਹੀ ਮੈਂ ਇਹਨੂੰ ਮੰਗਵਾਇਆ ਸੀ ਉੱਥੋਂ। ਅਤੇ ਵੈਸੇ ਵੀ ਸਰ ਜਾਨਵਰ ਸਿਰਫ ਉਹ ਮੈਂ ਲਿਆਉਂਦਾ ਵਾਂ ਘਰ ਦੇ ਵਿੱਚ ਜਿਹੜੇ ਕਿ ਬਿਲਕੁਲ ਫੈਮਲੀ ਤਰੀਕੇ ਨਾਲ ਰਹਿੰਦੇ ਹੋਣ। ਇਹ ਬਿਲਕੁਲ ਛੋਟੇ ਸਾਈਜ਼ ਦਾ ਸੀ ਜਦੋਂ ਮੈਂ ਇਹਨੂੰ ਲਿਆਂਦਾ ਵਾ, ਹੁਣ ਤਕਰੀਬਨ 3 ਫਿੱਟ ਦਾ ਹੋ ਗਿਆ। 5.5-6 ਫਿੱਟ ਇਹਦੀ ਲਾਸਟ ਹਾਈਟ ਜਿਹੜੀ ਲੈਂਥ ਆਉਣੀ ਆ, ਉਹ 5.5-6 ਫਿੱਟ ਆਉਣੀ ਹੈ ਅਤੇ ਬਟ ਬਿਲਕੁਲ ਨੋਰਮਲ ਤਰੀਕੇ ਨਾਲ ਰਹਿ ਰਿਹਾ ਵਾ, ਕਿਉਂਕਿ ਜਿਹੜਾ ਜਾਨਵਰ ਅਗਰੈਸ਼ਨ ਬਚਪਨ 'ਚ ਦਿਖਾਏ ਉਹ ਵੱਡਾ ਹੋ ਕੇ ਵੀ ਦਿਖਾਉਂਦਾ। ਇਹਨੇ ਬਚਪਨ 'ਚ ਵੀ ਨਹੀਂ ਸੀ ਦਿਖਾਈ, ਇਹਨੂੰ ਇਨਵਾਇਰਮੈਂਟ ਵਧੀਆ ਮਿਲਿਆ ਵਾ, ਹੁਣ ਇਹਨੇ ਅੱਗੇ ਵੀ ਨਹੀਂ ਦਿਖਾਉਣੀ। ਸਰ ਬਹੁਤ ਡਿਫਰੈਂਸ ਆ, ਉਹ ਜਿਹੜੇ ਆ ਥੋੜ੍ਹੇ ਜ਼ਹਿਰੀਲੇ ਜਾਨਵਰ ਹੁੰਦੇ ਆ, ਇਹ ਬਿਲਕੁਲ ਵੀ ਜ਼ਹਿਰੀਲਾ ਜਾਨਵਰ ਨਹੀਂ ਆ। ਪੰਜਾਬੀ 'ਚ ਕਹਿ ਦਈਏ ਤਾਂ ਬਿਲਕੁਲ ਡੰਗ ਮਾਰਨ ਵਾਲਾ ਜਾਨਵਰ ਨਹੀਂ ਆ। ਹਰੀਆਂ ਸਬਜ਼ੀਆਂ ਖਾਂਦਾ ਵਾ, ਨੋਨ ਵੈਜ ਬਿਲਕੁਲ ਨਹੀਂ ਖਾਂਦਾ, ਹਰੀਆਂ ਸਬਜ਼ੀਆਂ ਖਾਂਦਾ ਵਾ, ਨੈਚੁਰਲੀ ਇਹਦੇ ਵਿੱਚ ਜ਼ਹਿਰ ਹੁੰਦਾ ਹੀ ਨਹੀਂ ਆ। 120 ਦੰਦ ਹੈ, 3 ਅੱਖਾਂ ਵਾ, ਬਟ ਉਹ ਦੰਦ ਸਿਰਫ ਇਹਨੇ ਖਾਣ ਵਾਸਤੇ ਯੂਜ਼ ਕੀਤੇ, ਅੱਜ ਤੱਕ ਕਦੀ ਸਾਨੂੰ ਅਗਰੈਸ਼ਨ ਨਹੀਂ ਦਿਖਾਈ। ਹਾਂਜੀ ਹਾਂਜੀ ਸਰ, ਬਿਲਕੁਲ ਲੀਗਲ ਹੈ ਕਾਨੂੰਨੀ ਤੌਰ 'ਤੇ, ਕਿਉਂਕਿ ਜਿਹੜੇ ਇੰਡੀਅਨ ਸਪੀਸੀਜ਼ ਆ ਉਹਨਾਂ ਦੇ ਉੱਤੇ ਬੈਨ ਆ, ਇਹਦੇ ਉੱਤੇ ਕੋਈ ਬੈਨ ਨਹੀਂ ਆ, ਇਹਨੂੰ ਅਸੀਂ ਰੱਖ ਸਕਦੇ ਹਾਂ ਨੋਰਮਲੀ ਘਰੇ। ਜਾਂਦਾ ਸਰ ਸ਼ੋਅ ਦੇ ਵਿੱਚ, ਜਾਂਦਾ ਵਾ, ਸ਼ੋਅ ਕਰਦਾ ਵਾ, ਹੁਣ ਵੀ ਥੋੜ੍ਹੇ ਦਿਨ ਪਹਿਲਾਂ ਆਪਾਂ ਸ਼ੋਅ ਕੀਤਾ ਹੈ ਇੱਕ ਡੌਗ ਸ਼ੋਅ 'ਚ ਲੈ ਕੇ ਗਏ ਸੀ, ਬਹੁਤ ਵਧੀਆ ਰਿਸਪੋਂਸ ਮਿਲਿਆ ਜੱਜਿਸ ਵੱਲੋਂ ਵੀ ਅਤੇ ਉੱਥੋਂ ਦੀ ਜਿਹੜੇ ਪਬਲਿਕ ਦੇਖਣ ਆਏ ਸੀ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਸ਼ੂਟਿੰਗ ਹੋਈਆਂ ਵਾ, ਪਿਕਚਰ ਵਗੈਰਾ ਕਲਿੱਕ ਕੀਤੀਆਂ ਗਈਆਂ ਵਾ, ਟਿਕਟੋਕਰ ਵੀ ਆਏ ਸੀ, ਉਹਨਾਂ ਨੇ ਵੀ ਯੂਜ਼ ਕੀਤਾ ਵੀਡੀਓ ਦੇ ਵਿੱਚ ਅਤੇ ਬਹੁਤ ਵਧੀਆ ਰਿਸਪੋਂਸ ਮਿਲਿਆ ਸੀ ਡੌਗ ਸ਼ੋਅ ਦੇ ਵਿੱਚ ਸਾਨੂੰ। ਹਾਂਜੀ ਸਰ, ਗਾਣੇ ਵੀਡੀਓ ਦੇ ਵਿੱਚ ਤਾਂ ਇਹ ਹੁਣ ਆਉਣ ਲੱਗੇ ਆ, ਕੁਛ ਆਪਣੇ ਫੇਮਸ ਸਿੰਗਰਸ ਹੈਗੇ ਆ ਉਹਨਾਂ ਨੇ ਹੁਣ ਲਿੱਤੇ ਆ, ਬਟ ਮੇਰੇ ਕੋਲ ਇਹ ਜਾਨਵਰ ਜਿਹੜਾ ਬਹੁਤ ਪਹਿਲੇ ਦਾ ਸੀ, ਮੇਰੇ ਏਰੀਏ ਵਾਲਿਆਂ ਨੂੰ ਪਤਾ ਵਾ, ਮੇਰੇ ਸ਼ਹਿਰ ਵਾਲਿਆਂ ਨੂੰ ਪਤਾ ਆ, ਮੇਰੇ ਯੂਟਿਊਬਰ ਨੂੰ ਪਤਾ ਆ ਕਿ ਇਹ ਜਾਨਵਰ ਮੇਰੇ ਕੋਲ ਤਾਂ ਬਹੁਤ ਪਹਿਲੇ ਦਾ ਸੀ, ਗਾਣਿਆਂ 'ਚ ਹੁਣ ਆਉਣ ਲੱਗੇ ਆ। ਇਹਨੂੰ ਵੀ ਗਾਣਿਆਂ ਦੀ ਔਫਰ ਆ ਰਹੀ ਸੀ, ਉਦੋਂ ਬਿਲਕੁਲ ਛੋਟਾ ਸੀ ਜਦੋਂ ਔਫਰ ਆ ਰਹੀ ਸੀ, ਬਟ ਮੈਂ ਉਦੋਂ ਨਾ ਕਰ ਰਿਹਾ ਸੀ, ਹੁਣ ਥੋੜ੍ਹਾ ਸੈਮੀ ਅਡਲਟ ਹੋ ਗਿਆ ਆ, ਹੁਣ ਮੈਂ ਭੇਜਣਾ ਆ। ਮੇਰੇ ਇੱਕ ਬਹੁਤ ਖਾਸ ਫਰੈਂਡ ਆ ਜਿਨ੍ਹਾਂ ਨੇ ਚੰਡੀਗੜ੍ਹ ਗਾਣਾ ਸ਼ੂਟ ਕਰਨਾ ਅਗਲੇ ਮੰਥ, ਅਤੇ ਉਹਨਾਂ ਨਾਲ ਮੈਂ ਪ੍ਰੋਮਿਸ ਕੀਤਾ ਕਿ ਮੈਂ ਉਹਨਾਂ ਨੂੰ ਜ਼ਰੂਰ ਭੇਜਾਂਗਾ। ਇੱਥੇ ਸਰ ਪੰਜਾਬ ਦਾ ਵਿੱਚ ਤਾਂ ਬਿਲਕੁਲ ਨਹੀਂ ਹੈਗੇ, ਮੈਂ ਦੇਖੇ ਨਹੀਂ ਆ ਜਿਹੜੇ ਗਾਣਿਆਂ ਦੇ ਵਿੱਚ, ਸਿਰਫ ਜਿਹੜੇ ਦੇਖੇ ਆ ਦੇਖਿਆ ਉਹ ਵੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਕਿਸੇ ਨੇ ਰੱਖੇ ਹੋਣਗੇ। ਅਤੇ ਹਿੰਦੁਸਤਾਨ ਦੇ ਵਿੱਚ ਕੁਛ ਹੈਗੇ ਆ ਦਿੱਲੀ ਬੰਬੇ ਵਾਲੀ ਸਾਈਡ, ਬਟ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ।